ਭਾਰਤੀ ਕ੍ਰਿਕਟ ਟੀਮ ਨੇ ਜਦੋਂ 2019 ਵਿੱਚ ਵਿਸ਼ਵ ਕੱਪ ਜਿੱਤਿਆ ਸੀ ਤਾਂ ਸਚਿਨ ਤੇਂਦੁਲਕਰ ਨੂੰ ਉਹਨਾਂ ਦੇ ਸਾਥੀ ਖਿਡਾਰੀਆਂ ਨੇ ਮੋਢਿਆਂ 'ਤੇ ਚੁੱਕ ਲਿਆ ਸੀ। ਵਿਸ਼ਵ ਕੱਪ ਦੇ ਇਸ ਪਲ ਨੂੰ ਪਿਛਲੇ 20 ਸਾਲਾਂ 'ਚ ਖੇਡ ਦਾ ਸਰਵੋਤਮ ਪਲ ਮੰਨਿਆ ਗਿਆ ਅਤੇ ਇਸ ਲਈ ਕ੍ਰਿਕਟ ਦਾ ਭਗਵਾਨ ਕਹੇ ਜਾਣ ਵਾਲੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਲੋਰੀਅਸ ਸਰਵੋਤਮ ਖੇਡ ਪਲ ਪੁਰਸਕਾਰ 2000-2020 ਨਾਲ ਸਨਮਾਨਿਤ ਕੀਤਾ ਗਿਆ। ਸਚਿਨ ਤੇਂਦੁਲਕਰ ਉਸ ਸਮੇਂ ਆਪਣੇ ਕੈਰੀਅਰ ਦੇ 6ਵੇਂ ਵਿਸ਼ਵ ਕੱਪ ਵਿੱਚ ਖੇਡ ਰਹੇ ਸਨ। ਇਸ ਮੌਕੇ ਸੰਬੋਧਨ ਕਰਦਿਆਂ ਸਚਿਨ ਤੇਂਦੁਲਕਰ ਨੇ ਕਿਹਾ ਕਿ ਵਿਸ਼ਵ ਕੱਪ ਜਿੱਤਣਾ ਉਹਨਾਂ ਦਾ ਬਚਪਨ ਦਾ ਸੁਪਨਾ ਸੀ ਅਤੇ ਇਸ ਸੁਪਨੇ ਨੂੰ ਹਕੀਕਤ 'ਚ ਬਦਲਣ ਲਈ ਉਹਨਾਂ ਨੂੰ 22 ਸਾਲ ਤੱਕ ਇਸ ਦਾ ਪਿੱਛਾ ਕਰਨਾ ਪਿਆ, ਪਰ ਉਹਨਾਂ ਕਦੇ ਹਾਰ ਨਹੀਂ ਮੰਨੀ। ਉਹਨਾਂ ਕਿਹਾ ਕਿ ਉਹਨਾਂ ਦਾ ਸਫ਼ਰ 1983 ਵਿੱਚ ਸ਼ੁਰੂ ਹੋਇਆ ਜਦੋਂ ਉਹ 10 ਸਾਲ ਦੇ ਸਨ। ਉਸ ਸਮੇਂ ਜਦੋਂ ਭਾਰਤ ਨੇ ਵਿਸ਼ਵ ਕੱਪ ਜਿੱਤਿਆ ਸੀ ਤਾਂ ਉਹਨਾਂ ਨੂੰ ਇਸ ਦੀ ਅਹਿਮੀਅਤ ਦੀ ਸਮਝ ਨਹੀਂ ਸੀ। ਹਰ ਕੋਈ ਜਸ਼ਨ ਮਨਾ ਰਿਹਾ ਸੀ ਅਤੇ ਉਹ ਵੀ ਪਾਰਟੀ ਵਿੱਚ ਸ਼ਾਮਲ ਹੋ ਗਏ, ਪਰੰਤੂ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਪਤਾ ਸੀ ਕਿ ਦੇਸ਼ ਲਈ ਕੁਝ ਬਹੁਤ ਖਾਸ ਹੋਇਆ ਹੈ ਅਤੇ ਉਹ ਵੀ ਇਸ ਦਿਨ ਦਾ ਅਨੁਭਵ ਕਰਨਾ ਚਾਹੁੰਦੇ ਸਨ। ਭਾਰਤੀ ਕ੍ਰਿਕਟ ਸਮਰਥਕਾਂ ਦੀ ਵੋਟਿੰਗ ਨਾਲ ਸਚਿਨ ਤੇਂਦੁਲਕਰ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ ਅਤੇ ਉਹ ਵਕਾਰੀ ਪੁਰਸਕਾਰ ਜਿੱਤਣ ਵਿੱਚ ਕਾਮਯਾਬ ਹੋਏ। ਉੱਧਰ ਦੁਨੀਆ ਦੇ ਮਹਾਨ ਫੁੱਟਬਾਲਰਾਂ 'ਚੋਂ ਇੱਕ ਲਿਓਨਲ ਮੈਸੀ ਅਤੇ ਬਰਤਾਨੀਆ ਦੇ F1 ਚਾਲਕ ਲੂਇਸ ਹੈਮਿਲਟਨ ਨੂੰ ਇੱਥੇ ਲੋਰੀਅਸ ਖੇਡ ਪੁਰਸਕਾਰਾਂ 'ਚ ਸੰਯੁਕਤ ਰੂਪ ਨਾਲ ਸਾਲ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ। ਦੋਵਾਂ ਖਿਡਾਰੀਆਂ ਨੂੰ ਬਰਾਬਰ ਗਿਣਤੀ ਵਿੱਚ ਵੋਟਾਂ ਮਿਲੀਆਂ। ਉਕਤ ਪੁਰਸਕਾਰਾਂ ਦੇ 20 ਸਾਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਹ ਹੋਇਆ ਹੈ ਜਦੋਂ ਜਿਊਰੀ ਦੇ ਮੈਂਬਰ ਮੈਸੀ ਅਤੇ ਹੈਮਿਲਟਨ ਵਿੱਚੋਂ ਇੱਕ ਨੂੰ ਜੇਤੂ ਨਹੀਂ ਚੁਣ ਸਕੇ। ਫੀਫਾ ਦੇ ਸਾਲ ਦੇ ਸਰਵੋਤਮ ਖਿਡਾਰੀ ਪੁਰਸਕਾਰ ਨੂੰ 6 ਵਾਰ ਜਿੱਤਣ ਵਾਲੇ ਮੈਸੀ ਲੋਰੀਅਸ ਪੁਰਸਕਾਰ ਜਿੱਤਣ ਵਾਲੇ ਪਹਿਲੇ ਟੀਮ ਖਿਡਾਰੀ ਹਨ। ਮੈਸੀ ਅਤੇ ਹੈਮਿਲਟਨ ਨੇ ਦਿੱਗਜ ਗੋਲਫਰ ਟਾਈਗਰ ਵੁੱਡਸ, ਕੀਨੀਆ ਦੇ ਮੈਰਾਥਨ ਦੌੜਾਕ ਅਲਿਓਡ ਕਿਪਚੋਗੇ, ਟੈਨਿਸ ਦਿੱਗਜ ਰਾਫੇਲ ਨਡਾਲ ਅਤੇ ਮੋਟੋਜੀਪੀ ਚੈਂਪੀਅਨ ਮਾਰਕ ਮਾਰਕਰਜ਼ ਨੂੰ ਪਛਾੜ ਕੇ ਇਹ ਖਿਤਾਬ ਹਾਸਲ ਕੀਤਾ। ਅਮਰੀਕੀ ਜਿਮਨਾਸਟ ਸਿਮੋਨ ਬਾਇਲਸ ਨੇ ਪਿਛਲੇ 4 ਸਾਲ 'ਚ ਤੀਸਰੀ ਵਾਰ ਸਾਲ ਦੀ ਸਰਵੋਤਮ ਮਹਿਲਾ ਖਿਡਾਰੀ ਦਾ ਪੁਰਸਕਾਰ ਆਪਣੇ ਨਾਂ ਕੀਤਾ। ਉਹਨਾਂ 2019 ਵਿਸ਼ਵ ਚੈਂਪੀਅਨਸ਼ਿਪ ਦੌਰਾਨ 5 ਸੋਨ ਤਗਮੇ ਜਿੱਤੇ ਸਨ। ਬਾਇਲਸ ਨੇ 2017 ਅਤੇ 2019 ਵਿੱਚ ਵੀ ਉਕਤ ਖਿਤਾਬ 'ਤੇ ਕਬਜ਼ਾ ਕੀਤਾ ਸੀ।